ਇੰਡੀਆ ਅਲਾਇੰਸ ਪੂਰੇ ਇੰਡੀਆ ਦੇ ਵਿੱਚ ਤਾਂ ਹੈ ਪਰ ਪੰਜਾਬ ਦੇ ਵਿੱਚ ਕਿਉਂ ਨਹੀਂ? ਇੰਡੀਆ ਅਲਾਇੰਸ ਦਾ ਮਕਸਦ ਇਹ ਆ ਵੀ ਜਿੱਥੇ ਜਿੱਥੇ ਬੀਜੇਪੀ ਮਜ਼ਬੂਤ ਹੈ ਉਹਦੇ ਖਿਲਾਫ਼ ਇੱਕ ਕੈਂਡੀਡੇਟ ਦੇਣਾ। ਪੰਜਾਬ 'ਚ ਤਾਂ ਕੋਈ ਉਹਨਾਂ ਦੀ ਜਗ੍ਹਾ ਹੈ ਨਹੀਂ, ਨਫ਼ਰਤ ਦੀ ਇੱਥੇ ਜਗ੍ਹਾ ਨਹੀਂ। ਦੂਜੀ ਗੱਲ, ਪ੍ਰਿੰਸੀਪਲੀ ਵੀ ਕਾਂਗਰਸ ਅਪੋਜੀਸ਼ਨ ਪਾਰਟੀ ਹੈ ਪੰਜਾਬ 'ਚ ਔਰ ਅਸੀਂ ਸੱਤਾਧਾਰੀ ਹਾਂ, ਉਹ ਮੋਰਲੀ ਵੀ ਇਹ ਗੱਲ ਠੀਕ ਨਹੀਂ ਸੀ। ਔਰ ਤੁਹਾਡਾ ਦਾਅਵਾ ਹੈ ਬੀਜੇਪੀ ਕਹਿੰਦੀ 400 ਪਾਰ ਕਰਾਂਗੇ, ਦੇਖੋ 400 ਪਾਰ ਕਰਨ ਵਾਲਿਆਂ ਨੂੰ ਕੈਂਡੀਡੇਟ ਮਿਲ ਨਹੀਂ ਰਹੇ। ਜਿਹੜੇ ਬੰਦੇ ਕਹਿੰਦੇ 400 ਪਾਰ ਕੈਂਡੀਡੇਟ ਤਾਂ ਪੰਜਾਬ 'ਚ ਹੀ ਉਹਨਾਂ ਨੂੰ ਨਹੀਂ ਮਿਲੇ ਅਤੇ ਨਾ ਹਰਿਆਣੇ 'ਚ ਮਿਲੇ ਆ ਅਤੇ ਦਿੱਲੀ 'ਚ ਅਜੇ ਤੱਕ ਵੇਖ ਲਓ ਅਨਾਊਂਸ ਨਹੀਂ ਕਰ ਪਾ ਰਹੇ। ਚੰਦੂ ਮਾਜਰਾ ਤੁਹਾਡੇ ਸਾਹਮਣੇ ਖੜੇ ਨੇ, ਇੱਥੋਂ ਜਿੱਤੇ ਵੀ ਹੋਏ ਨੇ ਪਹਿਲਾਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਵੇਂ ਉਹਨਾਂ ਦਾ? ਉਹਨਾਂ ਨੇ ਜਿੱਤ ਕੇ ਸਾਰੇ ਫੰਡ ਪਟਿਆਲੇ ਲਾ ਤੇ ਕਿਉਂਕਿ ਪੁੱਤ ਨੂੰ MLA ਬਣਾਉਣਾ ਸੀ। ਲੋਕਾਂ ਦਾ ਇਹਨਾਂ ਲੋਕਾਂ ਤੋਂ ਭਰੋਸਾ ਉੱਠ ਗਿਆ, ਜਿਹੜੇ ਕਾਂਗਰਸੀ ਅਕਾਲੀ ਭਾਜਪਾ ਜੀ ਜਿਹੜੇ ਹੈਗੇ ਆ ਨਾ, ਬੇਸਿਕਲੀ ਇਹਨਾਂ ਦੀ ਲੜਾਈ ਆ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਬਣਾਉਣ ਦੀ। ਭਗਵੰਤ ਮਾਨ ਜੀ ਦੀ ਅਗਵਾਈ, ਸਾਡੀ ਲੜਾਈ ਆ ਪੰਜਾਬ ਦੇ ਪੁੱਤਾਂ ਨੂੰ ਅੱਗੇ ਲਿਆਉਣ ਦੀ। ਕਹੇ ਆਪਣੇ ਪੁੱਤ ਨੂੰ ਉੱਥੇ ਉਹਨਾਂ ਨੇ MLA ਬਣਾਤਾ, ਪਰ ਲੋਕ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੇ ਨੇ, ਤੁਸੀਂ ਇਹ ਕੰਮ ਨਹੀਂ ਕਰੋਗੇ? ਤਾਂ ਆਮ ਆਦਮੀ ਪਾਰਟੀ ਵੱਲੋਂ ਚੋਣ ਕੈਂਪੇਨ ਆ ਜਿਹੜੀ ਸ਼ੁਰੂ ਕੀਤੀ ਗਈ ਹੈ ਖਰੜ ਦੇ ਵਿੱਚ, ਇਹਨਾਂ ਵੱਲੋਂ ਜਿਹੜਾ ਖੋਲ੍ਹਿਆ ਗਿਆ ਆਪਣਾ ਦਫ਼ਤਰ, ਤਾਂ ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਚੋਣ ਪ੍ਰਚਾਰ, ਕਿਸ ਤਰੀਕੇ ਦੇ ਨਾਲ ਚੱਲ ਰਿਹਾ? ਦੇਖੋ ਚੋਣ ਪ੍ਰਚਾਰ ਲਗਾਤਾਰ ਅਸੀਂ ਪਿਛਲੇ 20 ਦਿਨ ਤੋਂ ਕਰ ਰਹੇ ਹਾਂ, ਔਰ ਸਤਿ ਸ਼੍ਰੀ ਅਕਾਲ ਜੋ 2 ਸਾਲ ਦੀਆਂ ਸਰਕਾਰ ਦੀਆਂ ਉਪਲਬਧੀਆਂ ਮਾਨ ਸਾਹਿਬ ਨੇ ਕੰਮ ਕੀਤਾ ਉਹਨਾਂ ਨੂੰ ਲੈ ਕੇ ਘਰ ਘਰ ਕੁੰਡਾ ਖੜਕਾ ਰਹੇ ਹਾਂ। ਲੋਕ ਸੰਤੁਸ਼ਟ ਹੈ ਔਰ ਲੋਕ ਚਾਹੁੰਦੇ ਆ ਕਿ ਜਿਹੜੀ ਤਾਨਾਸ਼ਾਹ ਵਾਲੀ ਸਰਕਾਰ ਹੈ ਮੋਦੀ ਜੀ ਦੀ, ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਔਰ ਸੰਵਿਧਾਨ ਨੂੰ ਬਚਾਇਆ ਜਾਵੇ, ਦੇਸ਼ ਦੇ ਭਾਈਚਾਰੇ ਨੂੰ ਬਚਾਇਆ ਜਾਵੇ, ਔਰ ਲੋਕ ਜਿਹੜੇ ਆ ਭਗਵੰਤ ਮਾਨ ਜੀ 'ਤੇ ਪੂਰਾ ਭਰੋਸਾ ਕਰਦੇ ਆ, ਔਰ ਲੋਕ ਨੇ ਮਨ ਬਣਾਇਆ ਹੋਇਆ ਵੀ 13 ਸੀਟਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਪੰਜਾਬ 'ਚੋਂ ਜਿਤਾ ਕੇ ਪਾਰਲੀਮੈਂਟ 'ਚ ਭੇਜਣਾ। ਵਿਰੋਧੀ ਤਾਂ ਸਵਾਲ ਵੀ ਚੁੱਕਦੇ ਨੇ, ਕਹਿੰਦੇ ਇੰਡੀਆ ਅਲਾਇੰਸ ਪੂਰੇ ਇੰਡੀਆ ਦੇ ਵਿੱਚ ਤਾਂ ਹੈ ਪਰ ਪੰਜਾਬ ਦੇ ਵਿੱਚ ਕਿਉਂ ਨਹੀਂ? ਉਹਦਾ ਕਾਰਨ ਹੈ, ਇੰਡੀਆ ਅਲਾਇੰਸ ਦਾ ਮਕਸਦ ਇਹ ਆ ਵੀ ਜਿੱਥੇ ਜਿੱਥੇ ਬੀਜੇਪੀ ਮਜ਼ਬੂਤ ਹੈ ਉਹਦੇ ਖਿਲਾਫ਼ ਇੱਕ ਕੈਂਡੀਡੇਟ ਦੇਣਾ। ਪੰਜਾਬ 'ਚ ਤਾਂ ਕੋਈ ਉਹਨਾਂ ਦੀ ਜਗ੍ਹਾ ਹੈ ਨਹੀਂ, ਨਫ਼ਰਤ ਦੀ ਇੱਥੇ ਜਗ੍ਹਾ ਨਹੀਂ, ਔਰ ਪੰਜਾਬ 'ਚ ਉਹਨਾਂ ਨੂੰ ਕੋਈ ਮਤਲਬ ਸੀਟ ਮਿਲਣੀ ਨਹੀਂ, ਨਾ ਉਹਨਾਂ ਨੂੰ ਕੋਈ ਵੋਟ, ਇਸ ਕਰਕੇ ਇਹ ਜ਼ਰੂਰਤ ਨਹੀਂ ਸੀ। ਇੱਕ ਦੂਜੀ ਗੱਲ, ਪ੍ਰਿੰਸੀਪਲੀ ਵੀ ਕਾਂਗਰਸ ਅਪੋਜੀਸ਼ਨ ਪਾਰਟੀ ਹੈ ਪੰਜਾਬ 'ਚ ਔਰ ਅਸੀਂ ਸੱਤਾਧਾਰੀ ਹਾਂ, ਉਹ ਮੋਰਲੀ ਵੀ ਇਹ ਗੱਲ ਠੀਕ ਨਹੀਂ ਸੀ। ਔਰ ਆਮ ਆਦਮੀ ਪਾਰਟੀ ਦੀ ਵਰਕਿੰਗ ਨੂੰ, ਕਾਰਗੁਜ਼ਾਰੀ ਨੂੰ, ਮਾਨ ਸਾਹਿਬ ਦੇ ਕੰਮਾਂ ਨੂੰ ਲੈ ਕੇ ਲੋਕਾਂ ਨੇ ਵੈਸੇ ਹੀ ਮਨ ਬਣਾਇਆ ਵੀ 13 ਸੀਟਾਂ ਆਮ ਆਦਮੀ ਪਾਰਟੀ ਨੂੰ। ਤੁਹਾਡਾ ਦਾਅਵਾ ਹੈ ਬੀਜੇਪੀ ਕਹਿੰਦੀ 400 ਪਾਰ ਕਰਾਂਗੇ? ਦੇਖੋ 400 ਪਾਰ ਕਰਨ ਵਾਲਿਆਂ ਨੂੰ ਕੈਂਡੀਡੇਟ ਮਿਲ ਨਹੀਂ ਰਹੇ, ਔਰ 400 ਪਾਰ ਕਾਹਦੇ ਲਈ ਕਰਨੇ ਆ? ਉਹ ਇਹਨਾਂ ਦੇ ਕੈਂਡੀਡੇਟ ਯੂਪੀ ਵਾਲੇ ਨੇ ਭਾਸ਼ਣ ਦਿੱਤਾ 3 ਦਿਨ ਪਹਿਲਾਂ, ਅਖੇ ਜੀ ਸੰਵਿਧਾਨ ਬਚਾਉਣਾ ਹੈ, ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਬਣਾਇਆ, ਲੋਕਤੰਤਰ ਜੀ ਦੇ ਲਈ ਕੁਰਬਾਨੀਆਂ ਭਗਤ ਸਿੰਘ ਹੋਣਾ ਨੇ ਦਿੱਤੀਆਂ, ਉਹ ਇਹਨਾਂ ਦੀਆਂ ਜਿਹੜੇ ਬੰਦੇ ਕਹਿੰਦੇ 400 ਪਾਰ ਕੈਂਡੀਡੇਟ ਤਾਂ ਪੰਜਾਬ 'ਚ ਹੀ ਉਹਨਾਂ ਨੂੰ ਨਹੀਂ ਮਿਲੇ ਅਤੇ ਨਾ ਹਰਿਆਣੇ 'ਚ ਮਿਲੇ ਆ ਅਤੇ ਦਿੱਲੀ 'ਚ ਅਜੇ ਤੱਕ ਵੇਖ ਲਓ ਅਨਾਊਂਸ ਨਹੀਂ ਕਰ ਪਾ ਰਹੇ। ਸੋ ਇਹ ਲੋਕਾਂ ਨੂੰ ਜਿਹੜਾ ਇਹਨਾਂ ਦਾ ਪ੍ਰੋਪੇਗੰਡਾ ਸੀ 14 ਤੋਂ ਲੈ ਕੇ, ਜੋ ਮਹਿੰਗਾਈ ਦੀ ਮਾਰ ਪਈ, ਬੇਰੁਜ਼ਗਾਰੀ ਵਧੀ ਆ, ਨਫ਼ਰਤ ਫੈਲਾਈ ਗਈ ਆ, ਸੰਵਿਧਾਨਿਕ ਸੰਸਥਾਵਾਂ ਦਾ ਸੱਤਿਆਨਾਸ ਇਹਨਾਂ ਨੇ ਕੀਤਾ, ਹੁਣ ਇਹ ਲੰਮੇ ਨਹੀਂ ਚੱਲਣੇ, ਲੋਕ ਇਹਨਾਂ ਨੂੰ ਹਰਾਉਣਗੇ। ਪ੍ਰੇਮ ਸਿੰਘ ਚੰਦੂ ਮਾਜਰਾ ਤੁਹਾਡੇ ਸਾਹਮਣੇ ਖੜੇ ਨੇ, ਇੱਥੋਂ ਜਿੱਤੇ ਵੀ ਹੋਏ ਨੇ ਪਹਿਲਾਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਕਿਵੇਂ ਉਹਨਾਂ ਦਾ? ਉਹਨਾਂ ਨੇ ਜਿੱਤ ਕੇ ਸਾਰੇ ਫੰਡ ਪਟਿਆਲੇ ਲਾ ਤੇ ਕਿਉਂਕਿ ਪੁੱਤ ਨੂੰ MLA ਬਣਾਉਣਾ ਸੀ। ਲੋਕਾਂ ਦਾ ਇਹਨਾਂ ਲੋਕਾਂ ਤੋਂ ਭਰੋਸਾ ਉੱਠ ਗਿਆ, ਜਿਹੜੇ ਕਾਂਗਰਸੀ ਅਕਾਲੀ ਭਾਜਪਾ ਜੀ ਜਿਹੜੇ ਹੈਗੇ ਆ ਨਾ, ਬੇਸਿਕਲੀ ਇਹਨਾਂ ਦੀ ਲੜਾਈ ਆ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਬਣਾਉਣ ਦੀ। ਭਗਵੰਤ ਮਾਨ ਜੀ ਦੀ ਅਗਵਾਈ, ਸਾਡੀ ਲੜਾਈ ਆ ਪੰਜਾਬ ਦੇ ਪੁੱਤਾਂ ਨੂੰ ਅੱਗੇ ਲਿਆਉਣ ਦੀ, ਸਾਡਾ ਬੁਨਿਆਦੀ ਫਰਕ ਹੈ। ਔਰ ਇਹ ਆਲਰੇਡੀ ਸਾਰੇ ਜਮਾਏ ਹੋਏ ਆ, ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ, ਹੁਣ ਇਹ ਸਿਰਫ ਔਰ ਸਿਰਫ ਆਪਣੇ ਪੁੱਤਾਂ ਦੀ ਰਾਜਨੀਤੀ ਬਚਾਉਣ ਵਾਸਤੇ ਇਲੈਕਸ਼ਨ ਲੜ ਰਹੇ, ਲੋਕ ਨਹੀਂ। ਲੋਕ ਇਹ ਆਪਣੇ ਪੁੱਤ ਨੂੰ ਉੱਥੇ ਉਹਨਾਂ ਨੇ MLA ਬਣਾਤਾ, ਪਰ ਲੋਕ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੇ ਨੇ, ਤੁਸੀਂ ਇਹ ਕੰਮ ਨਹੀਂ ਕਰੋਗੇ? ਕਿਉਂਕਿ ਮੈਂ ਯੂਨੀਵਰਸਿਟੀ ਦੀ ਰਾਜਨੀਤੀ 'ਚੋਂ ਆਇਆ,
ਮੈਂ ਕੋਈ ਪਤਾ ਪੁਰਖੀ ਰਾਜਨੀਤੀ 'ਚੋਂ ਨਹੀਂ ਆਇਆ ਔਰ ਲਗਾਤਾਰ 2001 ਤੋਂ ਲੈ ਕੇ ਹੁਣ ਤੱਕ ਜਿਹੜੇ ਆ ਲੋਕ ਸਪੋਰਟ ਕਰ ਰਹੇ ਆ, ਸਮਰਥਨ ਕਰ ਰਹੇ ਆ, ਕ੍ਰੈਡੀਬਿਲਟੀ ਨਾਲ, ਜਵਾਬਦੇਹੀ ਨਾਲ, ਅਕਾਊਂਟੇਬਿਲਟੀ ਨਾਲ ਕੰਮ ਕੀਤਾ ਆ। ਸਾਡੀ ਅਸੀਂ ਆਮ ਘਰਾਂ ਸਧਾਰਨ ਪਰਿਵਾਰਾਂ 'ਚੋਂ ਆਏ ਹਾਂ, ਸੰਘਰਸ਼ ਕਰਕੇ ਆਏ ਹਾਂ। ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਸੀ ਲੋਕ ਸਭਾ ਸਾਡੀ ਇਹ ਅਰਵਿੰਦ ਕੇਜਰੀਵਾਲ ਜੀ ਦੀ ਰਾਜਨੀਤੀ ਆ, ਭਗਵੰਤ ਮਾਨ ਜੀ ਦੀ ਰਾਜਨੀਤੀ ਆ, ਜਿਨ੍ਹਾਂ ਨੇ ਸਾਡੇ ਵਰਗੇ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ। ਲੋਕ ਭਰੋਸਾ ਕਰਨਗੇ ਕਿਉਂਕਿ ਸਾਨੂੰ ਅਜਮਾਇਆ ਹੋਇਆ ਲੋਕਾਂ ਨੇ, ਇਸ ਕਰਕੇ ਕੋਈ ਇਸ 'ਚ ਦਿੱਕਤ ਨਹੀਂ। ਤਾਂ ਦੇਖ ਸਕਦੇ ਹੋ ਤੁਸੀਂ ਮਾਲਵਿੰਦਰ ਸਿੰਘ ਕੰਗ, ਇਹਨਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਅਤੇ ਖਰੜ ਦੇ ਵਿੱਚ ਦਫ਼ਤਰ ਇਹਨਾਂ ਨੇ ਖੋਲ੍ਹਿਆ, ਉਹਦਾ ਉਦਘਾਟਨ ਕਰ ਰਹੇ ਸੀ, ਤਾਂ ਕਹਿ ਰਹੇ ਨੇ ਕਿ ਆਮ ਘਰਾਂ ਦੇ ਮੁੰਡੇ ਆ ਅਤੇ ਜ਼ਰੂਰ ਲੋਕ ਸਾਨੂੰ ਇਸ ਵਾਰ ਸਪੋਰਟ ਕਰਕੇ ਮੈਂਬਰ ਆਫ ਪਾਰਲੀਮੈਂਟ ਬਣਾਉਣਗੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ।